ਦੇਖੋ, ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਦਿੱਲੀ ਅੰਦੋਲਨ ਨੂੰ ਸਮਾਪਤ ਕਰਨ ਵਾਲੇ ਵੇਲੇ ਜਾਂ ਸਸਪੈਂਡ ਕਰਨ ਵੇਲੇ ਜਿਹੜੀਆਂ ਸਾਡੀਆਂ ਚਿੱਠੀ ਦੇ ਵਿੱਚ ਲਿਖਤ ਦੇ ਵਿੱਚ ਜਿਹੜਾ ਸਾਡੇ ਨਾਲ ਕਮਿਟਮੈਂਟ ਕੀਤੀ ਸਰਕਾਰ ਨੇ ਕਿ MSP ਦੀ ਗਰੰਟੀ ਦਾ ਕਾਨੂੰਨ ਦੇਵਾਂਗੇ, ਲਖੀਮਪੁਰ ਖੀਰੀ ਵਾਲਿਆਂ ਨੂੰ ਇਨਸਾਫ਼ ਮਿਲੇਗਾ, ਕਿਸਾਨਾਂ ਦੇ ਪਾਏ ਕੇਸ ਮੁਕੱਦਮੇ ਵਾਪਸ ਲਵਾਂਗੇ, ਕਿਸਾਨਾਂ ਨੂੰ ਜਿਹੜਾ ਬਿਜਲੀ ਸੋਧ ਬਿੱਲ ਆ ਉਹ ਨਹੀਂ ਮਤਲਬ ਅਸੀਂ ਲੈ ਕੇ ਆਵਾਂਗੇ, ਐਗਰੀਕਲਚਰ ਦੇ ਨੂੰ ਮਤਲਬ ਜਿਹੜਾ ਬਿਜਲੀ ਐਗਰੀਕਲਚਰ ਨੂੰ ਜਿਹੜਾ ਪੋਲਿਊਸ਼ਨ ਐਕਟ ਦੇ ਵਿੱਚੋਂ ਬਾਹਰ ਕੱਢਾਂਗੇ। ਇਹ ਸੀਗੀਆਂ ਇਹਦੇ ਨਾਲੋਂ ਵੱਖਰੀਆਂ। ਇਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ 2018 ਦੇ ਵਿੱਚ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਇਹ ਅੰਦੋਲਨ ਦੀ ਕਮਿਟਮੈਂਟ ਹੈ। ਉਸ ਤੋਂ ਵੱਖਰਾ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ, ਪੂਰੇ ਦੇਸ਼ ਦੇ ਲੋਕਾਂ ਨਾਲ ਕਮਿਟਮੈਂਟ ਕੀਤਾ ਕਿ ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, C2+50 ਨਾਲ ਪਾ ਦੇਵਾਂਗੇ। ਇਹ ਵੀ ਕਿਹਾ ਸਰਕਾਰ ਨੇ ਥਾਂ ਥਾਂ ਤੇ ਜਾ ਕੇ ਕਿ ਭਾਰਤ WTO ਚੋਂ ਬਾਹਰ ਆਵੇ। ਵੱਡੇ ਵੱਡੇ ਜਲਸਿਆਂ ਦੇ ਵਿੱਚ, ਰੈਲੀਆਂ 'ਚ ਕਿਹਾ ਕਿ ਕਿਸਾਨ ਨੂੰ ਕਰਜ਼ ਮੁਕਤ ਕਰਾਂਗੇ। ਹੁਣ ਉਹ ਜਿਹੜੇ ਵਾਅਦੇ ਆਏ ਉਹ ਭਾਈ ਹੁਣ ਤੁਸੀਂ ਚੱਲੇ ਹੋ, ਤੁਹਾਡਾ ਲਾਸਟ ਟਰਮ ਹੈ, 10 ਸਾਲ ਤੁਸੀਂ ਸੱਤਾ ਦਾ ਆਨੰਦ ਭੋਗਿਆ ਹੈ, ਉਹ ਘੱਟੋ ਘੱਟ ਜਾਂਦੇ ਜਾਂਦੇ ਉਹ ਤਾਂ ਪੂਰੀਆਂ ਕਰਕੇ ਜਾਓ ਜਿਹੜੇ ਕਮਿਟਮੈਂਟਸ ਨੇ। ਕੁਛ ਨਵਾਂ ਵੀ ਜੋੜਿਆ ਗਿਆ ਜੀ? ਨਹੀਂ, ਨਵਾਂ ਸਾਡਾ ਜੋੜਨ ਦਾ ਕੋਈ ਮਨਸ਼ਾ ਨਹੀਂ ਹੁੰਦੀ ਇਹਦੇ ਵਿੱਚ। ਜਿਹੜਾ ਸਾਡਾ, ਇਹਨਾਂ ਨੇ ਜੋ ਸਾਡੇ ਨਾਲ ਕਰਿਆ, ਦੇਖੋ ਲੈਂਡ ਐਕੁਜੀਸ਼ਨ ਐਕਟ ਸੀ ਜਿਹੜਾ, ਉਹ ਬੜਾ ਸਿੰਪਲ ਸੀਗਾ। ਉਹਦੇ 'ਚ ਲਿਖਿਆ ਸੀਗਾ ਕਿ 70% ਤੋਂ 80% ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਨਹੀਂ ਲਈ ਜਾਏਗੀ, ਕਿਸਾਨਾਂ ਨੂੰ 4 ਗੁਣਾ ਮੁਆਵਜ਼ਾ ਦਿੱਤਾ ਜਾਏਗਾ ਉਹਨੂੰ ਜਿਸ ਦਿਨ ਤੋਂ ਮਤਲਬ ਉਹਦੀ ਜ਼ਮੀਨ ਦੀ ਸ਼ੁਰੂਆਤ ਹੋ ਜਾਂਦੀ ਹੈ, ਕਬਜ਼ਾ ਲੈਣ ਤੱਕ ਦਾ ਜਿਹੜਾ ਟਾਈਮ ਹੈ ਜਾਂ ਪੈਸੇ ਮਿਲਣ ਤੱਕ ਦਾ ਜਿਹੜਾ ਟਾਈਮ ਹੈ ਉਹਨੂੰ ਉਨੇ ਟਾਈਮ ਦਾ ਉਹਨੂੰ ਨਾਲ ਵਿਆਜ ਵੀ ਦਿੱਤਾ ਜਾਏਗਾ, ਉਹਨੂੰ ਉਜਾੜਾ ਭੱਤਾ ਦਿੱਤਾ ਜਾਏਗਾ, ਇਹ ਸਾਰਾ ਕੁਛ ਸੀ ਉਹਦੇ 'ਚ। ਲੇਕਿਨ ਹੁਣ ਇਹਨਾਂ ਨੇ ਉਹਦੇ ਵਿੱਚ ਇਹ ਕਰ ਦਿੱਤਾ ਕਿ ਕੋਈ ਲੋੜ ਨਹੀਂ ਸਹਿਮਤੀ ਲੈਣ ਦੀ, 2-2.5 ਗੁਣਾ 'ਤੇ ਲਿਆ ਕੇ ਉਹ ਠੱਲ ਲਿਆ ਜਿਹੜਾ ਇਹਨਾਂ ਨੇ ਮਤਲਬ ਕਲੈਕਟਰ ਰੇਟ ਤੋਂ ਵੱਧ ਦੇਣਾ ਸੀ। ਉਹਦੇ 'ਚ ਤਾਂ ਇਹ ਵੀ ਕਿਹਾ ਹੈ ਕਿ ਜੇਕਰ ਕਿਸਾਨ ਜ਼ਮੀਨ ਦੇਣ ਨੂੰ ਨਹੀਂ ਤਿਆਰ ਤਾਂ ਉਹਨੂੰ ਉਹੋ ਜਿਹੀ, ਜੇਕਰ ਜ਼ਮੀਨ ਤੁਸੀਂ ਲੈਣੀ ਹੈ ਤਾਂ ਉਹੋ ਜਿਹੀ ਜ਼ਮੀਨ ਉਹਨੂੰ ਕਿਤੇ ਅਰੇਂਜ ਕਰਕੇ ਦਿਓ, ਇਹ ਵੀ ਕਿਹਾ। ਹੁਣ ਉਹ ਉਹਨੂੰ ਕਾਨੂੰਨ ਨੂੰ ਇਹਨਾਂ ਨੇ ਤੋੜ ਮਰੋੜ ਕੇ ਇਹ ਮੰਨ ਲਓ ਤੁਸੀਂ ਕਿ ਮਾਡਲ ਐਕਟ ਬਣਾਤਾ, ਮਾਡਲ ਐਕਟ ਆਪਣੀਆਂ ਸਟੇਟਸ ਲਾਗੂ ਕਰਾਤਾ। ਸਾਡਾ ਇਹ ਆ ਕਿ ਪੂਰੇ ਦੇਸ਼ ਦੇ ਵਿੱਚ ਇੱਕੋ ਕਾਨੂੰਨ ਜਿਹੜਾ ਲੈਂਡ ਐਕੁਜੀਸ਼ਨ ਐਕਟ 2013 ਤੋਂ ਪਹਿਲਾਂ ਵਾਲਾ ਹੈ ਉਹੀ ਲਾਗੂ ਹੋਵੇ। ਇਹ ਸਾਰੀਆਂ ਮੰਗਾਂ ਤੁਸੀਂ ਅੱਜ 3 ਕੇਂਦਰੀ ਮੰਤਰੀ ਜਿਹੜੇ ਆ ਰਹੇ ਨੇ ਉਹਨਾਂ ਨੂੰ ਦੱਸੋਗੇ? ਨਹੀਂ, ਅਸੀਂ ਜਿਹੜੀ 8 ਤਰੀਕ ਨੂੰ ਜਿੱਦਾਂ ਮੀਟਿੰਗ ਹੋਈ ਸੀ ਉਹਦੇ ਵੀ ਦੱਸ ਚੁੱਕੇ ਹਾਂ। ਠੀਕ ਹੈ, ਦੁਬਾਰਾ ਉਸ ਦਿਨ ਉਹਨਾਂ ਨੇ ਇਹ ਕਿਹਾ ਸੀ ਸਾਨੂੰ ਕਿ ਕੁਝ ਤਾਂ ਗੱਲਾਂ, ਜਿਵੇਂ ਇਹ ਕਹਿ ਦਿੱਤਾ ਕਿ ਅਸੀਂ ਜਿਹੜਾ ਤੁਹਾਡਾ ਪਰਾਲੀ ਵਾਲਾ ਪੋਲਿਊਸ਼ਨ ਐਕਟ ਹੈ ਉਹਦੇ 'ਚੋਂ ਅਸੀਂ ਬਾਹਰ ਕੱਢ ਦਿਆਂਗੇ। ਐਗਰੀਕਲਚਰ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਅਸੀਂ ਜਿਹੜਾ ਪਾਵਰ ਬਿਜਲੀ ਸੋਧ ਬਿੱਲ ਹੈ ਉਹਦੇ 'ਚੋਂ ਵੀ ਮਤਲਬ ਬਾਹਰ ਕੱਢ ਦਿਆਂਗੇ। ਫਿਰ ਇਹ ਕਿਹਾ ਕਿ ਜਿਹੜੇ ਲਖੀਮਪੁਰ ਵਾਲੇ ਕਿਸਾਨ ਜ਼ਖਮੀ ਹੈ ਉਹਨਾਂ ਨੂੰ 10-10 ਲੱਖ ਰੁਪਈਆ ਅਸੀਂ ਮੁਆਵਜ਼ਾ ਦੇਵਾਂਗੇ, ਉਸ ਦਿਨ ਮੰਨ ਲਿਆ। ਫਿਰ ਇਹ ਵੀ ਮੰਨ ਲਿਆ ਸੀਗਾ ਕਿ ਜਿਹੜੇ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਉਹ ਵੀ ਦੇਵਾਂਗੇ। ਸੋ ਇਹ ਗੱਲਾਂ, ਕਾਫੀ ਸਾਰੀਆਂ ਗੱਲਾਂ ਦੇ ਉਹਦੇ ਚਰਚਾ ਹੋਈ ਹੈ ਜਿਹਦੇ 'ਚ ਉਹਨਾਂ ਨੇ ਸਾਡਾ ਸਹਿਮਤੀ ਦਿੱਤੀ ਹੈ। ਅੱਜ ਕਿਹੜੀ ਕਿਹੜੀ ਜਥੇਬੰਦੀਆਂ ਹੁਣ ਤੁਸੀਂ ਮੀਟਿੰਗ ਕਰਨ ਜਾ ਰਹੇ ਹੋ? ਨਹੀਂ, ਜਥੇਬੰਦੀਆਂ ਨਹੀਂ ਜਾਂਦੀਆਂ ਹੁੰਦੀਆਂ, ਇੱਕ ਡੈਪੂਟੇਸ਼ਨ ਜਾਂਦੇ ਹੁੰਦੇ ਆ, ਦੋਨਾਂ ਫੋਰਮਾਂ ਵੱਲੋਂ ਡੈਪੂਟੇਸ਼ਨ ਜਾਣੇ ਆ ਜਿਹਦੇ 'ਚ 13-13 ਨੁਮਾਇੰਦੇ SKM ਨੋਨ ਪੋਲੀਟੀਕਲ ਦੇ ਹੋਣਗੇ, 13 ਨੁਮਾਇੰਦੇ ਹੀ KMM ਦੇ ਹੋਣਗੇ।
ਪਰ ਉਹ ਅਸੀਂ ਤੇ ਮਤਲਬ 26 ਨਵੰਬਰ ਜਾ ਕੇ ਗੱਲਬਾਤ ਕਰਾਂਗੇ। ਹੁਣ ਮੀਟਿੰਗ ਚ ਕੀ ਚਰਚਾ ਕਰੋਗੇ ਕਿ ਹੁਣ ਮੀਟਿੰਗ ਦੀ ਚਰਚਾ ਹੀ ਇਹ ਕਰਨ ਵਾਲੀ ਹੈ ਕਿ ਜਿੱਦਾਂ ਉਦੇ ਅਸੀਂ ਗਏ ਹਾਂ ਉਦੇ ਬਾਕੀ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਦੇ ਉੱਤੇ ਸਰਕਾਰ ਨੇ ਸਾਨੂੰ ਇਹ ਕਿਹਾ ਜਦੋਂ ਅਸੀਂ ਔਨ ਫੈਕਟ ਉਹਨਾਂ ਦੇ ਸਾਹਮਣੇ ਰੱਖੇ ਕਿ ਆਹ ਮੋਦੀ ਜੀ ਦੇ ਹੱਥਾਂ ਦੀ ਰਿਪੋਰਟ ਪਈ ਹੈ, ਆਹ ਤੁਹਾਡੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਬਾਰੇ ਲਿਖਤ ਪਿਆ ਸਾਡੇ ਕੋਲ, ਆਹ ਤੁਹਾਨੂੰ ਉਹ ਤੱਥ ਜਿਹੜੇ ਉਹਨਾਂ ਦੇ ਮੂਹਰੇ ਰੱਖੇ, ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਾਨੂੰ ਇਹਨਾਂ ਦਾ ਪਤਾ ਨਹੀਂ, ਸਾਨੂੰ ਇਹਨਾਂ ਦੀ ਘੋਖ ਕਰ ਲੈਣ ਦਿਓ। ਚਲੋ ਅੱਜ ਉਹਨਾਂ ਤੋਂ ਪੁੱਛਣਾ ਸੀ ਕਿ ਤੁਸੀਂ ਭਾਈ ਘੋਖ ਕਰ ਲਈ ਹੈ, ਘੋਖ ਕਰ ਲਈ ਤਾਂ ਹੁਣ ਦੱਸੋ ਇਹਨੂੰ ਕਿਵੇਂ ਕਰਦੇ ਹੋ, ਕਿਵੇਂ ਲਾਗੂ ਕਰਦੇ। ਜੇ ਸਹਿਮਤੀ ਨੂੰ ਲੈ ਕੇ ਇਹ ਵੀ ਚਰਚਾ ਹੈ ਕਿ ਕਿਉਂਕਿ ਬਾਰਡਰ ਹਰਿਆਣੇ 'ਚ ਤੁਸੀਂ ਤਸਵੀਰਾਂ ਦੇਖੀਆਂ ਹੋਣਗੀਆਂ ਕਿ ਉਹ ਸੀਲ ਕਰਤਾ, ਕਿਤੇ ਬੈਰੀਗੇਟਿੰਗ ਕਰਤੀ, ਕਿਤੇ ਉਹ ਕੰਡੇ ਵਾਲੀ ਤਾਰ ਹੈ, ਤਾਂ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋ ਕਿ ਜੇ ਸਹਿਮਤੀ ਬਣ ਗਈ ਫਿਰ ਇਨ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਹੈ, ਕੁਛ ਨਹੀਂ ਕੀਤਾ ਜਾਏਗਾ, ਜਾਂ ਜੇ ਸਹਿਮਤੀ ਨਹੀਂ ਬਣੀ ਤਾਂ ਤਿਆਰੀ ਦਿੱਲੀ ਦੀ ਹੈ। ਸਵਾਲ ਇਹ ਹੈ ਸਹਿਮਤੀ ਬਣਦੀ ਹੈ ਤਾਂ ਦਿੱਲੀ ਜਾਣ ਦਾ ਕੋਈ ਤੁੱਕ ਨਹੀਂ ਬਣਦੀ, ਜੇਕਰ ਸਹਿਮਤੀ ਨਹੀਂ ਬਣਦੀ ਤਾਂ ਫਿਰ ਸਾਡਾ ਪ੍ਰੋਗਰਾਮ ਹੈ ਜਿਹੜਾ ਐਜ਼ ਇਟ ਇਜ਼ ਕਾਇਮ ਹੈ, ਉਹਦੇ 'ਚ ਕੋਈ ਦੋਰਾ ਮਣ। ਸਰਕਾਰ ਜਿਹੜਾ ਦੁਖਦਾਈ ਗੱਲ ਹੈ ਕਿ ਲੱਗਦਾ ਨਹੀਂ ਗਾ ਕਿਤੇ ਸਹਿਮਤੀ ਬਣੇਗੀ। ਤੁਸੀਂ ਪੁੱਛੋ ਸਵਾਲ ਹੈ ਕਿਉਂ, ਇਹ ਸਾਰੀਆਂ ਜਿਹੜੀਆਂ ਮੰਗਾਂ ਦੀ ਅਸੀਂ ਗੱਲ ਕਰਦੇ ਨਾ, ਆਪਾਂ ਮੰਗਾਂ ਕਹਿ ਦਿੰਦੇ ਇਹਨੂੰ, ਮੰਗਾਂ ਨਹੀਂ ਗੀਆਂ, ਕਮਿਟਮੈਂਟ ਨੇ ਸਰਕਾਰ ਦੀਆਂ, ਮੰਨੀਆਂ ਜਾ ਚੁੱਕੀਆਂ ਮੰਗਾਂ ਨੇ। ਹੁਣ ਜਿਹੜੀਆਂ ਮੰਗਾਂ ਮੰਨ ਲਈਆਂ ਸਰਕਾਰ, ਇਹਦਾ ਮਤਲਬ ਇਹ ਹੈ ਜੇਕਰ ਐਡੀ ਵੱਡੀ ਬੈਰੀਗੇਟਿੰਗ ਕਰ ਰਹੀ ਹੈ, ਐਡੇ ਪ੍ਰਬੰਧ ਕਰ ਰਹੀ ਹੈ, ਲੋਕਾਂ ਨੂੰ ਆਉਣ ਤੋਂ ਰੋਕ ਰਹੀ ਹੈ, ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਡਿਟੇਨ ਕਰ ਲਿਆ, ਕਰਨਾਟਕਾ ਕੇਰਲਾ ਦੇ ਲੋਕਾਂ ਨੂੰ ਆਉਂਦੇ ਆਉਣ ਤੋਂ, ਸੁਬਹਾ ਉੜੀਸਾ 'ਚ ਵੀ ਹੋ ਗਿਆ, ਹਾਂ ਇਹ ਉੜੀਸਾ ਤੋਂ ਆਏ ਨੇ। ਅੱਛਾ ਸਚਿਨ ਮਹਾਪਾਤਰਾ ਜੀ, ਹੁਣ ਇਹੋ ਜਦੋਂ ਇਹ ਕੁਛ ਹੋ ਰਿਹਾ ਹੈ, ਇੰਨੀ ਵੱਡੀ ਪੱਧਰ ਦੇ ਉੱਤੇ ਇਹ ਕੁਛ ਕੀਤਾ ਜਾ ਰਿਹਾ, ਤਾਂ ਸਵਾਲ ਇਹ ਹੈ ਵੀ ਸਰਕਾਰ ਦੀ ਨੀਅਤ ਦੇ ਉੱਤੇ ਸ਼ੰਕੇ ਖੜੇ ਹੁੰਦੇ ਨੇ ਕਿ ਭਾਈ ਜੇ ਤੁਸੀਂ ਸਾਡੇ ਨਾਲ ਬਹਿ ਕੇ ਕਮਿਟਮੈਂਟ ਨੂੰ ਲਾਗੂ ਕਰ ਹੀ ਦੇਣਾ, ਸਾਨੂੰ ਡਿਬੇਟਾਂ 'ਚ ਬਹਿ ਕੇ ਕਹਿੰਦੇ ਹੋ ਕਿ ਸ਼ਾਂਤ ਰਹੋ ਜੀ ਤੁਸੀਂ ਮਤਲਬ ਪੋਜ਼ਿਟਿਵ ਰਹੋ, ਅਸੀਂ ਤਾਂ ਪੋਜ਼ਿਟਿਵ ਹਾਂ ਭਾਈ, ਇਹਦਾ ਨੈਗੇਟਿਵਿਟੀ ਤਾਂ ਤੁਸੀਂ ਫੈਲਾ ਰਹੇ ਹੋ। ਹਰਿਆਣੇ ਦੇ ਵਿੱਚ ਤੁਹਾਡੀ ਗੱਡੀ ਫਿਰਦੀ ਹੈ, ਪੁਲਿਸ ਦੀ ਕਹਿੰਦੀ ਹੈ ਜਿਹੜਾ ਸੜਕ ਦੇਗਾ ਉਹ ਤੈਅ ਕਰ ਦਿਆਂਗੇ, ਐਂ ਕਰ ਦਿਆਂਗੇ, ਐਂ ਕਰ ਦਿਆਂਗੇ, ਇੰਟਰਨੈਟ ਬੰਦ ਕਰ, ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ, ਇੰਟਰਨੈਟ 2 ਦਿਨ ਤੋਂ ਬੰਦ ਕੀਤਾ ਹੋਇਆ, ਧਾਰਾ 144 ਲਗਾ ਤੀ, ਤੇ ਇਹਨਾਂ ਤੋਂ ਇਹ ਪਤਾ ਲੱਗਦਾ ਹੈ ਕਿ ਸਰਕਾਰ ਦੀ ਨੀਅਤ ਹਜੇ ਇਹਨਾਂ ਕਮਿਟਮੈਂਟਸ ਨੂੰ ਵੀ ਲਾਗੂ ਕਰਨ ਦੀ ਨਹੀਂ ਹੈ, ਤੇ ਜੇ ਲਾਗੂ ਕਰਨ ਦੀ ਨੀਅਤ ਨਹੀਂ ਤਾਂ ਮੈਨੂੰ ਐਂ ਦੱਸਿਓ ਫਿਰ, ਤੇ ਇਹਦਾ ਮਤਲਬ ਸਰਕਾਰ ਦਾ, ਦੇਸ਼ ਦਾ, ਜਿਹੜਾ ਸਰਕਾਰ ਦੇ ਉੱਤੇ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਉਹ ਕਿਵੇਂ ਬਣੇਗਾ। ਆਮ ਆਪਾਂ ਕਹਿ ਦਿੰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਨੇ ਬੋਲਿਆ ਯਾਰ ਬਹੁਤ ਵੱਡੀ ਗੱਲ ਹੈ, ਮੁੱਖ ਮੰਤਰੀ ਨੇ ਬੋਲਿਆ ਬਹੁਤ ਵੱਡੀ ਗੱਲ ਹੈ, ਈਵਨ ਕਿ ਲੋਕ ਇਹ ਕਹਿ ਦਿੰਦੇ ਵੀ ਇਕੱਠ 'ਚ ਆ ਕੇ ਮੰਤਰੀ ਬੋਲ ਗਿਆ ਬਹੁਤ ਵੱਡੀ ਗੱਲ ਹੈ, ਫਿਰ ਤੁਹਾਡੇ 'ਤੇ ਵਿਸ਼ਵਾਸ ਕੀ ਕਰਨਗੇ ਲੋਕ। ਰਿਟਰਨ ਦੇ ਵਿੱਚ ਤੁਸੀਂ ਸਾਡੇ ਨਾਲ ਕਮਿਟਮੈਂਟਸ ਕੀਤੀਆਂ ਨੇ, ਜਿਹੜੀ 2018 ਦੇ ਵਿੱਚ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਵਾਲੀ ਸਾਡੇ ਨਾਲ ਕਮਿਟਮੈਂਟ ਹੈ, ਮੇਰੇ ਕੋਲ ਲਿਖਤ ਚਿੱਠੀ ਪਈ ਉਹਦੀ। ਟਾਈਮ ਬਾਉਂਡ ਜੇ ਸਰਕਾਰ ਕਹੇ ਕਿ ਹੁਣੇ ਇਸ ਵੇਲੇ ਤਾਂ ਨਾਲ ਦੀ ਨਾਲ ਤਾਂ ਨੋਟੀਫਿਕੇਸ਼ਨ ਕੱਢੀ ਨਹੀਂ ਜਾ ਸਕਦੀ, ਜੇ ਟਾਈਮ ਬਾਉਂਡ ਸਰਕਾਰ ਕਰੇ ਹਫ਼ਤੇ 10 ਦਿਨ ਮਹੀਨੇ ਦੇ ਅੰਦਰ, ਤਾਂ ਉਸਨੂੰ ਵੀ ਕੋਈ ਉਸ 'ਤੇ ਵਿਚਾਰ ਕਰਨ ਦੀ, ਕੋਈ ਵਿਚਾਰਿਆ ਜਾ ਸਕਦੀਆਂ ਹੁੰਦੀਆਂ ਗੱਲਾਂ, ਲੇਕਿਨ ਟਾਈਮ ਬਾਉਂਡ ਕੱਲ੍ਹ ਨੂੰ ਸਰਕਾਰ ਇਹ ਕਹਿ ਦੂਗੀ ਜੀ ਦੇਖੋ ਹੁਣ ਤਾਂ ਆਪਾਂ ਨੂੰ ਕਿਹਨੂੰ ਪਤਾ ਸੀਗਾ, ਇਹ ਕਹਿਣਗੇ ਮੈਨੂੰ ਪਤਾ ਹੈ, ਨਾ ਤੁਹਾਨੂੰ ਪਤਾ ਸੀ ਨਾ ਸਾਨੂੰ ਪਤਾ ਸੀਗਾ, ਇਹ ਤਾਂ ਇਲੈਕਸ਼ਨ ਕਮਿਸ਼ਨ ਦੀ ਗੱਲ ਹੈ, ਉਹਨੇ ਚੋਣ ਜ਼ਾਬਤਾ ਲਾਤਾ, ਫਿਰ ਉਹ ਬਹਾਨਾ ਬਣ ਜੂਗਾ। ਮੈਂ ਕਹਿੰਦਾ ਉਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਹੋਣਾ ਕੀ ਚਾਹੀਦਾ ਹੈ ਕਿ ਭਾਈ ਤੁਹਾਡੇ ਕੋਲ ਟਾਈਮ ਕਰਨੇ ਤਾਂ ਨੋਟੀਫਿਕੇਸ਼ਨ ਹੀ ਹੈ ਨਾ, ਮਿੰਟੋ ਮਿੰਟੀ ਆਪਦੀ ਸਰਕਾਰ ਦੀ ਮੀਟਿੰਗ ਕਰੋ, ਸੱਦੋ ਅਤੇ ਉਹਨਾਂ ਨੂੰ ਕਰ ਦਿਓ,
ਇਸ ਨੂੰ ਸਰਕਾਰ ਚੋਣਾਂ ਨਾਲ ਜੋੜ ਕੇ ਵੀ ਦੇਖਦੀ ਹੈ ਕਿ 2024 ਦੀਆਂ ਚੋਣਾਂ ਨੇ, ਇਸ ਕਰਕੇ ਕੋਈ ਏਜੰਡਾ ਖੜਾ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਹੈ? ਮੈਂ ਬੇਨਤੀ ਕਰਾਂ, ਏਜੰਡਾ ਅਸੀਂ ਜੇਕਰ ਤੁਸੀਂ ਮੰਨ ਲਓ, ਜੇ ਸਰਕਾਰ ਨੇ ਕਿਸਾਨਾਂ ਦੇ ਪਏ ਕੇਸ ਵਾਪਸ ਲੈ ਲਏ ਹੁੰਦੇ, ਏਜੰਡਾ ਰਹਿਣਾ ਸੀ? ਅਗਰ ਸਰਕਾਰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਸਾਡੀ ਲਾਗੂ ਕਰ ਦਿੰਦੀ, ਏਜੰਡਾ ਰਹਿਣਾ ਸੀ? ਅਗਰ ਸਰਕਾਰ MSP ਦੀ ਗਰੰਟੀ ਦਾ ਕਾਨੂੰਨ ਬਣਾ ਦਿੰਦੀ, ਏਜੰਡਾ ਰਹਿਣਾ ਸੀ? ਅਗਰ ਸਰਕਾਰ ਪੋਲੂਸ਼ਨ ਐਕਟ ਦੇ ਵਿੱਚੋਂ ਐਗਰੀਕਲਚਰ ਨੂੰ ਬਾਹਰ ਕੱਢ ਦਿੰਦੀ, ਏਜੰਡਾ ਰਹਿਣਾ ਸੀ? ਲਖੀਮਪੁਰ ਵਾਲਿਆਂ ਨੂੰ ਕੰਪਨਸੇਸ਼ਨ ਦੇ ਦਿੰਦੀ, ਉਹਨਾਂ ਨੂੰ ਇਨਸਾਫ ਮਿਲ ਜਾਂਦਾ, ਏਜੰਡਾ ਰਹਿਣਾ ਸੀ? ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦਾ ਇਹਨਾਂ ਨੇ ਮਤਲਬ ਸਾਡੇ ਨਾਲ ਕਿੰਨਾ ਚਿਰ ਹੋ ਗਿਆ ਵਾਅਦਾ ਕੀਤਾ ਨੂੰ, ਇਹ ਏਜੰਡਾ ਰਹਿਣਾ ਸੀ? ਕਿਸਾਨਾਂ ਦਾ ਕਰਜ਼ਾ ਮਾਫ ਹੋ ਜਾਂਦਾ, ਏਜੰਡਾ ਥੋੜ੍ਹੀ ਰਹਿਣਾ ਸੀ? ਡੱਲੇ ਜੀ, ਕਿ ਜੱਥੇ ਤਾਂ ਸਰਕਾਰ ਨੇ ਪੈਦਾ ਕੀਤੇ ਹੋਏ ਨੇ, ਜੱਥੇਬੰਦੀਆਂ 35-36 ਹੈ ਪੰਦੇਰ ਉਹਨਾਂ ਦੀ ਅਤੇ ਤੁਹਾਡੀ ਮਿਲਾ ਕੇ ਨੋਨ ਪੋਲੀਟੀਕਲ ਜਿਹੜੀ ਹੈ, ਉਸ ਤੋਂ ਇਲਾਵਾ ਜਿਵੇਂ ਜੱਥੇਬੰਦੀ ਉਗਰਾਹ ਹੈ, ਰਾਜੇਵਾਲ ਹੋਣੀ ਨੇ, ਕਿਸਾਨ ਲੀਡਰ ਅਜਿਹੇ ਨੇ ਚਲੋ ਪੋਲੀਟੀਕਲ ਹੋ ਸਕਦੇ ਨੇ, ਉਹ ਵੀ ਇਸ ਫਰੰਟ 'ਤੇ ਨਾਲ ਆ ਸਕਦੇ ਹੈ, ਜਿਵੇਂ ਮਨਜੀਤ ਰਾਏ ਹੋਣੀ ਆਏ ਨੇ ਅੱਜ? ਦੇਖੋ ਸਵਾਲ ਇੱਕ ਵੱਡਾ, ਇਹ ਸਾਡੀ ਇੱਕ ਲਕਸ਼ਮਣ ਰੇਖਾ ਹੈ ਕਿ ਅਸੀਂ ਪੋਲੀਟੀਕਲ ਧਿਰਾਂ ਨੂੰ ਆਪਦੀ ਸਟੇਜ ਦੇ ਨੇੜੇ ਨਹੀਂ ਆਉਣ ਦਿੰਦੇ, ਪਿਛਲੀ ਵਾਰੀ ਵੀ ਨਹੀਂ ਆਉਣ ਦਿੱਤਾ, ਹੁਣ ਵੀ ਨਹੀਂ ਆਉਣਗੇ। ਹਾਂ, ਜਿਹਨੇ ਸਮਰਥਨ ਕਰਨਾ ਹੈ, ਸਮਰਥਨ ਤੋਂ ਕੌਣ ਮਨਾ ਕਰਦਾ ਹੈ? ਸਮਰਥਨ ਤਾਂ ਕੱਲ੍ਹ ਮੱਲਿਕਾ ਅਰਜੁਨ ਖੜਗੇ ਨੇ ਵੀ ਕੀਤਾ, ਜਿਹੜਾ ਵੀ ਕਰ ਸਕਦਾ ਹੈ ਸਮਰਥਨ ਦੇ ਵਿੱਚ, ਜਿਹੜਾ ਮਰਜ਼ੀ ਆ ਕੇ ਸਾਡੇ ਸਮਰਥਨ ਦੇ ਵਿੱਚ ਲੋਕਾਂ ਦੇ ਇਕੱਠ 'ਚ ਭੀੜ 'ਚ ਬਹਿ ਕੇ ਸਾਡਾ ਸਮਰਥਨ ਕਰ ਸਕਦਾ ਹੈ, ਉਹਦਾ ਅਸੀਂ ਸਮਰਥਨ ਕਬੂਲਾਂਗੇ। ਪਰ ਇਲੈਕਸ਼ਨ ਜਿਹਨੇ ਲੜਿਆ ਹੋਇਆ ਉਹ ਉਸਨੂੰ ਨਾਲ ਨਹੀਂ ਆਉਣ ਦਿੱਤਾ ਜਾਏਗਾ, ਚਾਹੇ ਉਹ ਰਾਜੇਵਾਲ ਹੋਣੀ ਨੇ ਜਾਂ ਜੇ ਹੋਰ ਕਿਸਾਨ ਲੀਡਰ। ਮੈਨੂੰ ਇਹ ਕਹੂੰਗਾ, ਰਾਜੇਵਾਲ ਦਾ ਨਾਂ ਨਹੀਂ ਲੈਣ ਵਾਲੀ ਗੱਲ ਇੱਥੇ, ਸਵਾਲ ਇਹ ਆ ਕਿ ਜਿਹੜੀ SSM ਬਣਾਉਣਾ ਜਾਂ ਪੋਲੀਟੀਕਲ ਪਾਰਟੀ ਬਣ ਗਈ, ਹੁਣ ਉਹ ਤੇ ਅਕਾਲੀ ਦਲ 'ਚ ਕੀ ਫਰਕ ਹੋਇਆ, ਆਮ ਆਦਮੀ ਪਾਰਟੀ ਤੋਂ ਉਹਦੇ 'ਚ ਕੀ ਫਰਕ ਹੋਇਆ? ਸੇਮ ਚੀਜ਼ ਹੈ। ਤੋ ਇਹ ਬਖਰਾਵੇ ਥੋੜੇ ਜਿਹੇ ਉਗਰਾਹਾਂ ਜੀ ਨੇ ਜਾਂ ਜਿਹੜੇ ਜਿਨ੍ਹਾਂ ਨੇ ਨਹੀਂ ਇਲੈਕਸ਼ਨ ਲੜੀ ਉਹ ਫਰੰਟ ਵਾਲੇ ਨਾਲ ਨਹੀਂ ਨੇ? ਪਰ ਨਹੀਂ, ਅੱਗੇ ਵੀ ਉਗਰਾਹਾਂ ਕਿਹੜਾ ਸਾਡੇ ਨਾਲ ਰਲ ਕੇ ਲੜਿਆ, ਉਗਰਾਹਾਂ ਬਥੇਰੇ ਸਟੇਜ ਪਏ ਨੇ, ਬਥੇਰੇ ਬਾਰਡਰ ਨੇ, ਕਿਸੇ ਹੋਰ ਤੇ ਉਗਰਾਹਾਂ ਜਾ ਕੇ ਬਹਿ ਕੇ ਮਤਲਬ ਲੜਾਈ ਲੜ ਸਕਦਾ ਹੈ, ਕਿਤੇ ਵੀ ਬਹਿ ਕੇ ਸਾਡੀ ਲੜਾਈ ਦੀ ਸਪੋਰਟ ਕਰ ਸਕਦਾ ਅਗਰ ਉਹਨੇ ਕਰਨੀ ਆ ਤਾਂ, ਇਹ ਤਾਂ ਉਹਦੇ ਹੱਥ 'ਚ। ਪਰ ਕਰ ਕਿਉਂ ਨਹੀਂ ਰਹੇ ਫਿਰ ਇਹ, ਕਿਉਂਕਿ ਬਖਰੇਵਾ ਹੋ ਜਾਂਦਾ? ਇਹ ਉਹਨਾਂ ਤੋਂ ਪੁੱਛਣ ਵਾਲਾ ਸਵਾਲ ਆ ਮੇਰੇ ਕੋਲ, ਤਾਂ ਮੇਰੇ ਨਾਲ ਆਉਣਾ ਚਾਹੀਦਾ ਜੇ ਇਕੱਠੇ ਹੋਣਗੇ ਤਾਂ। ਮੇਰੇ ਤੇ ਸਵਾਲ ਨਹੀਂ ਇਹ ਬਣਦਾ, ਇਹ ਸਵਾਲ ਉਹਨਾਂ 'ਤੇ ਬਣਦਾ ਕਿ ਉਹ ਕੀ ਕਰ ਰਹੇ ਨੇ, ਲੇਕਿਨ ਇਹ ਜ਼ਰੂਰ ਹੈ ਕਿ ਅੱਜ ਜਿਹੜੇ ਲੋਕ ਚਾਹੁੰਦੇ ਨੇ ਕਿ ਕਿਸਾਨਾਂ ਨੂੰ MSP ਦੀ ਗਰੰਟੀ ਦਾ ਕਾਨੂੰਨ ਮਿਲੇ, ਜਿਹੜੇ ਲੋਕ ਚਾਹੁੰਦੇ ਨੇ ਕਿ ਲਖੀਮਪੁਰ ਵਾਲਿਆਂ ਨੂੰ ਕੁਛ ਨਾ ਕੁਛ ਇਨਸਾਫ ਮਿਲੇ, ਜਿਹੜੇ ਚਾਹੁੰਦੇ ਨੇ ਕਿ ਲੋਕਾਂ ਦੇ ਉੱਤੇ ਪਾਏ ਕੇਸ ਮੁਕੱਦਮੇ ਵਾਪਸ ਹੋਣ, ਜਿਹੜੇ ਚਾਹੁੰਦੇ ਨੇ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋ ਜੇ, ਉਹ ਆ ਰਹੇ ਨੇ, ਆ ਜਾਣਾ ਚਾਹੀਦੇ ਨਾਲੋਂ ਵੱਡੀ ਗੱਲ ਕਿ ਉਹ ਆ ਰਹੇ ਨੇ। ਕਿ ਪਿਛਲੇ ਦਿਨਾਂ 'ਚ ਪਰਸੋਂ ਚੌਥੇ ਮੈਂ ਦੁਆਬੇ 'ਚ ਗਿਆ, UP ਦਾ ਅਤੇ ਦੁਆਬੇ ਜਦੋਂ ਮੈਂ ਗਿਆ, ਮੇਰੇ ਮਗਰ ਇੱਥੋਂ ਚੱਲ ਕੇ ਜਥੇਬੰਦੀਆਂ ਗਈਆਂ ਨੇ, ਉੱਥੇ ਜਾ ਕੇ ਸਮਰਥਨ ਦੇ ਕੇ ਆਏ ਨੇ ਮੇਰੇ ਕੋਲ ਵੀਡੀਓ ਆ ਉਹ, ਹੁਣ ਜਿਹੜੇ ਮੇਰੇ ਕੋਲ ਉੱਥੇ ਜਾ ਕੇ ਸਾਡੇ ਇਸ ਮੋਰਚੇ ਨੂੰ ਸਮਰਥਨ ਦੇ ਕੇ ਆਏ ਨੇ, ਉਹ ਇਹਦਾ ਮਤਲਬ ਇਨਸਾਫ ਚਾਹੁੰਦੇ ਨੇ। 13 ਜਥੇਬੰਦੀਆਂ ਕਿਹੜੀਆਂ ਕਿਹੜੀਆਂ ਜਿਹੜੇ ਤੁਸੀਂ ਦੱਸੇ, 13 ਡੈਲੀਗੇਟ ਜਾਣਗੇ ਅੱਜ ਮੁਲਾਕਾਤ ਕਰਨ ਲਈ ਔਰ ਇੱਥੇ ਮੀਟਿੰਗ ਲਈ ਵੀ, ਪੰਜਾਬ ਦੇ ਨੇ ਜਾਂ ਬਾਹਰ? ਬਾਹਰਲੀਆਂ ਸਟੇਟਾਂ ਤੋਂ ਵੀ ਨੇ, ਹਰ ਇੱਕ ਸਟੇਟ ਦੇ ਵਿੱਚੋਂ ਅਸੀਂ ਇੱਕ ਇੱਕ ਨੁਮਾਇੰਦਾ ਲਵਾਂਗੇ, ਹਰਿਆਣੇ ਤੋਂ 2 ਨੁਮਾਇੰਦੇ ਲਵਾਂਗੇ, ਪੰਜਾਬ ਦੇ 2 ਨੁਮਾਇੰਦੇ ਲਵਾਂਗੇ, ਅਸੀਂ ਜਥੇਬੰਦੀਆਂ ਨਹੀਂ ਹੈ। ਮੈਂ ਫਿਰ ਇੱਕ ਬੇਨਤੀ ਕਰਾਂ, SKM ਨੋਨ ਪੋਲੀਟੀਕਲ ਵੱਲੋਂ 13 ਨੁਮਾਇੰਦੇ ਅਤੇ KMM ਵੱਲੋਂ 20। KMM ਕੀ ਹੈ ਜੀ? ਕਿਸਾਨ ਮਜ਼ਦੂਰ ਮੋਰਚਾ, ਪੰਦੇਰ ਸਾਹਿਬ ਹੋਰਾਂ ਵਾਲਾ, ਉਹ ਵੀ ਮਤਲਬ ਇੱਕ ਉਹਨਾਂ ਵੱਲੋਂ ਵੀ 13 ਨੁਮਾਇੰਦੇ ਜਾਣਗੇ। ਠੀਕ ਹੈ।
ਔਰ ਪ੍ਰਾਇਓਰਿਟੀ ਰਹੇਗੀ ਜਿਹੜੀਆਂ ਮੰਗਾਂ 8 ਤਰੀਕ ਨੂੰ ਜਾਂ ਕਮਿਟਮੈਂਟ ਸਰਕਾਰ ਨੇ ਕੀਤੀ ਉਸ ਤੇ ਤੁਸੀਂ ਫੀਡਬੈਕ ਲੈਣਾ ਹੈ ਕੀ ਹੁਣ ਤੱਕ ਸਰਕਾਰ ਨੇ ਵਿਚਾਰ ਕੀਤਾ ਜਾਂ ਕੋਈ ਟਾਈਮ ਜਿਹੜੀ ਕਮਿਟਮੈਂਟ ਕੀਤੀ ਆ ਉਸ ਤੇ ਫੀਡਬੈਕ ਲੈਣਾ ਜਿਹੜੇ ਸਰਕਾਰ ਨੇ ਕਿਹਾ ਸੀਗਾ ਨਾ ਕਿ ਸਾਨੂੰ ਇਹਨਾਂ ਦੇ ਇਹਨਾਂ ਫੈਕਟਾਂ ਦਾ ਪਤਾ ਨਹੀਂ ਉਹ ਅਸੀਂ ਪੇਪਰ ਇਹਨਾਂ ਕੋਲ ਭੇਜਤੇ ਫਿਰ ਇਹਨਾਂ ਤੋਂ ਪੁੱਛਣਾ ਦੱਸੋ ਭਾਈ ਹੁਣ ਇਹਨਾਂ ਦੇ ਤੁਹਾਡਾ ਕੀ ਮਨ ਬਣਿਆ ਅੱਛਾ ਜਿਹੜਾ ਇੱਕ ਆਖਰੀ ਸਵਾਲ ਹੈ ਜਿਸ ਤਰ੍ਹਾਂ ਬੈਰੀਗੇਟਿੰਗ ਕੀਤੀ ਨਕੀਲੇ ਕੰਡਾ ਤਾਰ ਲਾਤੀ ਇਹ ਚੀਜ਼ਾਂ ਫਰਕ ਪਾਉਂਦੀਆਂ ਮੋਰਚੇ ਤੇ ਜਾਂ ਜੇ ਕੁਛ ਕਰਨਾ ਹੋਵੇ ਤਾਂ ਪਹਿਲਾਂ ਵੀ ਕੀਤਾ ਦੇਖੋ ਇਹੋ ਜਿਹਾ ਕੁਛ ਮੋਰਚੇ ਦੇ ਲੜਨ ਵਾਲੇ ਲੋਕਾਂ ਵਾਸਤੇ ਇਹ ਕਦੇ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਪੈਂਦਾ ਹੁੰਦਾ ਉਹ ਰੱਖੀਆਂ ਕਿਹਨੇ ਨੇ ਉਹ ਪੁੱਗ ਲੈਂਡ ਮਸ਼ੀਨ ਨੇ ਰੱਖੀਆਂ ਉਹ ਇਧਰਲੇ ਪਾਸੇ ਵੀ ਆ ਸਕਦੀਆਂ ਨੇ ਚੱਕਣ ਵਾਸਤੇ ਵੀ ਆ ਸਕਦੇ ਜਿੱਦਾਂ ਚੱਕਣੀਆਂ ਹੋਈਆਂ ਉਹਦੇ ਮਸ਼ੀਨਾਂ ਹੀ ਚੱਕਣਗੀਆਂ ਚਾਹੇ ਉਹ ਸਾਡੀਆਂ ਮਸ਼ੀਨਾਂ ਚੱਕਣ ਚਾਹੇ ਸਰਕਾਰ ਦੀਆਂ ਮਸ਼ੀਨਾਂ ਚੱਕਣ ਸਰਕਾਰ ਇਹ ਵੀ ਨਾਲ ਜੋੜ ਦਿੰਦੀ ਹੈ ਜਿਵੇਂ ਹਰਿਆਣਾ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਦੇ ਐਡਮਿਨਿਸਟ੍ਰੇਟਿਵ ਲੋਕ ਹੋਣ ਕਿ ਲੋਕਾਂ ਨੂੰ ਆਮ ਲੋਕਾਂ ਨੂੰ ਦਿੱਕਤ ਆ ਰਹੀ ਹੈ ਇਨ ਗੱਲਾਂ ਕਰਕੇ ਚਲੋ ਹੁਣ ਮੈਂ ਇਹ ਵੀ ਗੱਲ ਕਰਦੇ ਹਾਂ ਹਰਿਆਣਾ ਸਰਕਾਰ ਜਾਂ ਕੋਈ ਵੀ ਸਰਕਾਰ ਲੋਕਾਂ ਨੂੰ ਦਿੱਕਤ ਦੀ ਗੱਲ ਕਰਦੀ ਹੈ ਅਸੀਂ ਦਿੱਲੀ ਬੈਠੇ 13 ਮਹੀਨੇ ਅਸੀਂ ਆਪਦੇ ਵਿਜਲੀ ਲੋਕਾਂ ਨੂੰ ਨੰਗਾ ਦੇ ਕੇ ਰੱਖਿਆ ਲੋਕਾਂ ਦੀਆਂ ਗੱਡੀਆਂ ਲੰਘਦੀਆਂ ਰਹੀਆਂ ਤੁਸੀਂ ਸਭ ਨੇ ਪੱਤਰਕਾਰਾਂ ਨੇ ਵੇਖੀਆਂ ਉੱਥੇ ਇਹਨਾਂ ਨੇ ਉੱਥੋਂ ਦੀ ਪੰਛੀ ਦਾ ਇੱਕ ਕੀੜੀ ਵੀ ਲੰਘਣ ਜੋਗਰਾ ਥਾਂ ਨਹੀਂ ਛੱਡਿਆ ਹੁਣ ਦੁਖੀ ਲੋਕ 4 ਦਿਨਾਂ ਤੋਂ 5 ਦਿਨਾਂ ਤੋਂ ਇਹਨਾਂ ਨੇ ਕੀਤੇ ਆ ਕਿ ਅਸੀਂ ਕੀਤੇ ਅਸੀਂ ਤਾਂ ਜੇ ਆਈ ਨਹੀਂ ਸੜਕ ਤੇ ਫੈਸਲਾ ਤਾਂ ਮੀਟਿੰਗ ਦੇ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਹਾਂ ਫੈਸਲਾ ਤੋਂ ਬਾਅਦ ਹੋਣਾ ਠੀਕ ਠੀਕ ਜਗਜੀਤ ਸਿੰਘ ਡੱਲੇਵਾਲ ਹੁਣੀ ਗੱਲਬਾਤ ਕਰ ਰਹੇ ਸੀ ਬਾਕੀ ਤੁਸੀਂ ਦੇਖੋ ਕਿ ਬਾਕੀ ਸਟੇਟਾਂ ਦੇ ਵੀ ਜਿਹੜੇ ਕਿਸਾਨ ਲੀਡਰ ਨੇ ਉਹ ਪਹੁੰਚੇ ਨੇ ਆਪ ਕੌਣ ਸੀ ਸਟੇਟ ਸੇ ਓਡੀਸ਼ਾ ਸੇ ਓਡੀਸ਼ਾ ਆਪ ਕੌਣ ਸੀ ਤਮਿਲਨਾਡੂ ਤਮਿਲਨਾਡੂ ਸੇ ਆਪ ਹਰਿਆਣਾ ਹਰਿਆਣਾ ਸੇ ਤਾਂ ਇਹ ਕਹਾਂ ਸੇ ਕੇਰਲ ਸੇ ਕੀ ਨਾਮ ਹੈ ਜੀ ਕੇਵੀ ਬੀਜੂ ਠੀਕ ਹੈ ਤਾਂ ਤੁਸੀਂ ਦੇਖੋ ਕਿ ਬਾਕੀ ਸਟੇਟਾਂ ਦੇ ਵੀ ਜਿਹੜੇ ਕਿਸਾਨ ਲੀਡਰ ਨੇ ਉਹ ਪਹੁੰਚੇ ਨੇ ਔਰ ਇਹਨਾਂ ਵੱਲੋਂ ਆਪਣੀ ਮੀਟਿੰਗ ਪਹਿਲਾਂ ਇੰਟਰਨਲ ਤੌਰ ਤੇ ਕੀਤੀ ਜਾ ਰਹੀ ਹੈ ਔਰ ਕੇਂਦਰੀ ਮੰਤਰੀਆਂ ਨਾਲ 5 ਸ਼ਾਮ 26 ਸੈਕਟਰ ਮੀਟਿੰਗ ਕੀਤੀ ਜਾਏਗੀ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਇਹ ਮੰਗਾਂ ਨਹੀਂ ਨਾ ਇਹ 2 ਪਹਿਲਾਂ ਦੀਆਂ ਕਮਿਟਮੈਂਟ ਹੈ ਜੋ ਸਰਕਾਰ ਨੇ MSP ਸਵਾਮੀਨਾਥਨ ਰਿਪੋਰਟ ਤੇ ਮੁਆਵਜ਼ੇ ਤੇ ਕੇਂਦਰ ਦੀ ਨੌਕਰੀ ਤੇ ਅੰਦੋਲਨ ਵੇਲੇ ਕੀਤੀ ਸੀ ਔਰ ਉਸਨੂੰ ਪੂਰਾ ਨਹੀਂ ਕੀਤਾ ਸਰਕਾਰ ਦੇ ਜਾਣ ਦਾ ਟਾਈਮ ਵੀ ਆ ਗਿਆ ਪਰ ਉਹ ਕਮਿਟਮੈਂਟ ਤੇ ਸਰਕਾਰ ਤੋਂ ਜਵਾਬ ਅਸੀਂ ਲੈਣਾ ਹੈ ਤਾਂ ਉਸ ਤੇ ਕੀ ਜਵਾਬ ਹੈ